ਸਸ਼ੀਕਾਲ ਜੀ। ਸਸ਼ੀਕਾਲ, ਕਿਵੇਂ ਹੋ ਸਾਰੇ ਜਣੇ? ਬਹੁਤ ਸੋ ਵਧੀਆ ਹੋਵਾਂਗੇ। ਤੇ ਅੱਜ ਅਸੀਂ ਜਾ ਰਹੇ ਹਾਂ ਗਰੋਸਰੀ ਲੈਣ ਸੁਪਰ ਸਟੋਰ, ਤੇ ਅਸੀਂ ਸੋਚਿਆ ਕਿ ਚਲੋ ਅੱਜ ਦਾ ਇੱਕ ਵਲੌਗ ਬਣਾ ਲਿਆ ਜਾਵੇ। ਤੇ ਅੱਜ ਦਾ ਮੌਸਮ ਇੰਨਾ ਸੋਹਣਾ ਹੋਇਆ ਹੋਇਆ, ਬਹੁਤ ਰੇਅਰ ਹੈ ਇੱਥੇ ਕੈਲਗਰੀ ਦੇ ਵਿੱਚ ਮੀਂਹ ਪੈਂਦਾ, ਵੈਸੇ ਸਨੋ ਹੀ ਪੈਂਦੀ ਹੈ ਜ਼ਿਆਦਾਤਰ, ਤੇ ਅੱਜ ਮੀਂਹ ਪੈ ਰਿਹਾ, ਚਾਹ ਪਕੌੜਿਆਂ ਵਾਲਾ ਮੌਸਮ ਹੋਇਆ ਹੋਇਆ। ਤੇ ਚਲੋ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਅੱਜ ਦਾ ਮੌਸਮ। ਮੈਂ ਬੈਲਟ ਨਹੀਂ ਲੱਗੀ, ਬੈਲਟ ਲਗਾ ਤੇ ਪੁੱਲ ਓਵਰ ਕਰ ਦੋ ਬੈਲਟ। ਜੀ ਅਸੀਂ ਇੱਧਰ ਮੌਸਮ 'ਚ ਨਾ ਅੱਜ ਥੋੜ੍ਹੇ ਜਿਹੇ ਨਜ਼ਾਰੇ ਲੈਣ ਆਏ ਹਾਂ, ਮੀਂਹ ਕਾਫੀ ਤੇਜ਼ ਆ ਰਿਹਾ ਸੀ। ਸਾਢੇ ਚਾਰ ਹੋਏ ਹੋਏ ਨੇ ਅਤੇ ਦੇਖੋ 7 ਵਜੇ ਇੱਥੇ ਇੱਦਾਂ ਲੱਗਦਾ ਕਿ 8 ਵਜੇ ਆਉਣਗੇ, 7-8। ਉੱਦਾਂ ਵੀ ਠੰਡ ਦੇ ਵਿੱਚ ਆ ਕੇ ਨਾ ਦਿਨ ਬਹੁਤ ਹੀ ਜ਼ਿਆਦਾ ਛੋਟੇ ਹੋ ਜਾਂਦੇ ਆ, ਈਵਨ ਕਿ ਇੰਡੀਆ ਦੇ ਨਾਲੋਂ ਵੀ ਦਿਨ ਛੋਟੇ ਹੋ ਜਾਂਦੇ ਆ। 4 ਵਜੇ ਜਾ ਕੇ ਇੱਥੇ ਹਨੇਰਾ ਹੋਣ ਲੱਗ ਜਾਂਦਾ ਤੇ 8:30 ਵਜੇ ਤੱਕ ਚੱਲਦਾ ਠੰਡ ਦੇ ਵਿੱਚ। ਤੇ ਗਰਮੀਆਂ ਦੇ ਵਿੱਚ 9 ਵਜੇ ਜਾਂ 10 ਵਜੇ ਆਪਣਾ ਸੂਰਜ ਹੈ ਜਿਹੜਾ ਉਹ ਛਿਪਦਾ, ਤੇ ਆਲਮੋਸਟ 11 ਵਜੇ ਤੱਕ ਵੀ ਸੂਰਜ ਦਾ ਹਲਕਾ ਹਲਕਾ ਚੰਨ ਰਾਤ ਨੂੰ ਰਹਿੰਦਾ ਹੈਗਾ ਅਸਮਾਨ ਦੇ ਵਿੱਚ। ਅੱਛਾ, ਹਾਂ 11 ਵਜੇ ਤੱਕ ਰਹਿੰਦਾ, 11 ਤੋਂ ਬਾਅਦ ਹੀ ਅਸੀਂ ਹਨੇਰਾ ਹੁੰਦਾ, ਜਿਵੇਂ ਆਪਾਂ ਅਸੀਂ ਕਹਿੰਦੇ ਰਾਤ ਹੁੰਦੀ ਹੈ ਨਾ ਹਨੇਰਾ ਪੂਰਾ, 11 ਵਜੇ ਤੋਂ ਬਾਅਦ ਹੀ ਹੁੰਦਾ ਸੂਰਜ ਢਲਦਾ ਫਿਰ ਬਿਲਕੁਲ ਹਨੇਰਾ ਹੁੰਦਾ। ਅਤੇ ਗਰਮੀਆਂ ਦੇ ਵਿੱਚ ਸੂਰਜ ਚੜ੍ਹਦਾ 5 ਵਜੇ ਸੂਰਜ ਚੜ੍ਹ ਜਾਂਦਾ, ਜਦ ਕਿ ਦਿਨ ਵੱਡੇ ਹੋ ਜਾਂਦੇ ਜਿਵੇਂ ਆਪਣੇ ਇੰਡੀਆ ਹੁੰਦੇ ਆ, ਪਰ ਇੰਡੀਆ ਨਾਲੋਂ ਇੱਥੇ ਦਿਨ ਬਹੁਤ ਵੱਡੇ ਹੁੰਦੇ ਆ ਗਰਮੀਆਂ ਦੇ ਵਿੱਚ, ਸੇਮ ਰਾਤਾਂ ਜ਼ਿਆਦਾ ਵੱਡੀਆਂ ਹੁੰਦੀਆਂ ਇੰਡੀਆ ਨਾਲੋਂ ਠੰਡ ਦੇ ਵਿੱਚ। ਅਤੇ ਠੰਡ ਵੀ ਮਤਲਬ ਕਿ ਐਂ ਹੁੰਦਾ ਵੀ ਬੰਦਾ ਖੜ੍ਹਾ ਖੜ੍ਹਾ ਜੰਮ ਜੇ। ਗਰਮੀਆਂ ਇੱਥੇ ਗਰਮੀਆਂ ਵਧੀਆ ਹੁੰਦੀਆਂ, ਗਰਮੀਆਂ ਦੇਖਣ ਵਾਲੀਆਂ ਹੁੰਦੀਆਂ ਨੇ। ਜਿਹੜਾ ਇੰਡੀਆ ਨਵੇਂ ਨਵੇਂ ਆਉਂਦੇ ਨੇ ਉਹ ਸੋਚਦੇ ਆ ਕਿ ਅਸੀਂ ਸਨੋਅ ਦੇਖਣੀ ਆ, ਅਸੀਂ ਠੰਡ ਦੇਖਣੀ ਆ, ਉਹ ਸ਼ੁਰੂ ਸ਼ੁਰੂ ਦਾ ਹੀ ਚਾਹ ਹੁੰਦਾ ਕਿ ਨਹੀਂ? ਸ਼ੁਰੂ ਸ਼ੁਰੂ 'ਚ ਹੀ ਵਧੀਆ ਲੱਗਦੀ ਆ, ਚਿੱਟੀ ਚਿੱਟੀ ਹੈ ਨਾ ਰੂਮ ਵਰਗੀ ਖਿਲਰੀ ਵੀ, ਜਦੋਂ ਚੱਕਣੀ ਪੈਂਦੀ ਹੈ ਨਾ ਸ਼ਾਵਲਾਂ ਦੇ ਨਾਲ ਢੋਈਦਾ, ਮੈਂ ਕਿਹਾ ਸੱਤਿਆਨਾਸ ਹੋ ਜਾਂਦਾ। ਸਹੀ ਗੱਲ ਹੈ, ਫਿਰ ਬੰਦਾ ਕਹਿੰਦਾ ਹਾਏ ਓਏ ਕਿੱਥੇ ਫਸ ਗਈ ਆ ਕੇ, ਇੰਡੀਆ ਹੀ ਵਧੀਆ ਸੀ। ਲਓ ਜੀ ਆਪਾਂ ਹੁਣ ਸੁਪਰ ਸਟੋਰ ਪਹੁੰਚਣ ਵਾਲੇ ਹਾਂ। ਸੁਪਰ ਸਟੋਰ ਦੀ ਪਾਰਕਿੰਗ ਲਾਟ ਆ, ਭੀੜ ਕਾਫੀ ਅੱਜ ਹਾਂ। ਕਰੇਲੇ, ਬੈਂਗਣ, ਭਿੰਡੀ, ਮਾਸਕ ਦੇ ਨਾਲ ਨਾ ਲਿਫਾਫੇ 'ਚ ਫੂਕ ਮਾਰਨੀ ਔਖੀ ਹੋ ਜਾਂਦੀ ਹੈ। ਨਹੀਂ ਜਿਹੜੀ ਪਤਲੀ ਹੁੰਦੀ ਹੈ ਨਾ ਉਹ ਪੱਕੀ ਘੱਟ ਹੁੰਦੀ ਆ, ਉਹ ਖਾਣ ਵਾਲੀ ਹੁੰਦੀ ਆ, ਜਿਵੇਂ ਆਹ ਹੋ ਗਈ ਆਹ, ਹਾਂ ਆਹ ਸਹੀ ਹੈ ਜਿਹੜੀ ਚੱਕੀ ਹੈ ਤੂੰ, ਇਹ ਸਹੀ ਆ। ਆਹ 3 ਹਾਂ ਤਾਂ ਖਾਣੀ ਪੈਣੀ ਹੁਣ ਲੈ ਲਾ। ਅਖੀਰੇ, ਅਖੀਰਿਆਂ ਦੇ ਬੱਚੇ ਆਹ, ਉਦੋਂ ਵੀ ਬੱਚੇ ਨਿਊ ਬੋਰਨ ਖੀਰਾ ਬੇਬੀ, ਅੱਜ ਵਧੀਆ ਸਾਫ਼ ਸਾਫ਼ ਪਿਆ ਨਾ। ਕਿੰਨੀਆਂ ਗੁੱਟੀਆਂ ਲੈਣੀਆਂ? ਦੋ? ਓਕੇ ਹੈ, ਹਾਂ ਲੈ ਲੈਂਦੇ ਲੈਟਸ, ਵਧੀਆ ਸੈਲਡ ਖਾਣੇ ਵਾਲੀ ਆ। ਹੁਣ ਕਹਿ ਲੈਣਾ
ਔਰੇਂਜ ਸ਼ਿਮਲਾ ਮਿਰਚਾਂ ਯੈਲੋ ਰੈੱਡ ਆਹ ਲਾਲ ਅਤੇ ਹਰੀਆਂ ਵਾਲੀਆਂ ਨੇ ਆਹ ਵਿਦੇਸ਼ੀ ਆ ਬਿਊਟੀਫੁਲ ਧਨੀਆ ਉਹ ਦੋ ਸਿੰਘ ਕੜੇ ਕਿਵੇਂ ਇਹ ਵਾਲੀ ਲੈਟਸ ਲਾਉਣੀ ਹੈ ਕਿ ਦੂਜੀ ਵਾਲੀ ਆਹੀ ਲੈ ਲਾ ਇਹ ਵਧੀਆ ਉਹ ਕੱਢ ਦਈਏ ਫਿਰ ਉਹ ਕੱਢ ਦਿੰਦੇ ਹਾਂ ਹਾਂ ਆਹ ਲੈ ਲਾ ਖੁੱਲੀ ਵਧੀਆ ਫਰੈਸ਼ ਲੱਗਦੀ ਹੈ ਇਹ ਸੈਲਰੀ ਵੀ ਕਿਹਾ ਸੀ ਉਹਨਾਂ ਨੇ ਖਾਣ ਨੂੰ ਸੈਲਰੀ ਆ ਵਾਲੀ ਹਾਂ ਅੱਜ ਵੈਸੇ ਭੀੜ ਕਾਫੀ ਆ ਬਾਹਰ ਤਾਂ ਦੇਖਣ ਨੂੰ ਲੱਗਦਾ ਸੀਗਾ ਵੀ ਆਇਆ ਨਹੀਂ ਗਾ ਗੱਡੀਆਂ ਘੱਟ ਹੀ ਸੀਗੀਆਂ ਪਰ ਕਾਫੀ ਜ਼ਿਆਦਾ ਭੀੜ ਆਉਂਦਾ ਜਿੰਨੀਆਂ ਮੇਰੇ ਪਿੱਛੇ ਸਾਰੀਆਂ ਸਬਜ਼ੀਆਂ ਦੀ ਲਾਈਨ ਲੱਗੀ ਹੋਈ ਹੈ ਪਰ ਵਰਾਇਟੀ ਇੰਨੀ ਨਹੀਂ ਹੁੰਦੀ ਜਿੰਨੀ ਇੰਡੀਆ ਮਿਲਦੀ ਹੈ ਥੋੜ੍ਹੀ ਹੁੰਦੀ ਹੈ ਵਰਾਇਟੀ ਸੇਬ ਖਾਓ ਜੀ ਸਾਰੇ ਜਣੇ ਕਿੰਨੇ ਤਰ੍ਹਾਂ ਦੇ ਸੇਬ ਪਏ ਆ ਦੇਖੋ ਆਹ ਸਾਰੀ ਦੀ ਸਾਰੀ ਲਾਈਨ ਸੇਬਾਂ ਦੀ ਆ ਤਰ੍ਹਾਂ ਤਰ੍ਹਾਂ ਦੇ ਸੇਬ ਨੇ ਇੰਡੀਆ ਤਾਂ ਆਪਣੇ ਇੱਕ ਦੋ ਤਰ੍ਹਾਂ ਦੇ ਹੁੰਦੇ ਉੱਥੇ ਪਤਾ ਨਹੀਂ 50 ਤਰ੍ਹਾਂ ਦੇ ਸੇਬ ਨੇ ਇੱਥੇ ਐਪਲ ਸਪਾਰਟਨ ਐਪਲ ਫੂਜੀ ਐਪਲ ਗੋਲਡਨ ਐਪਲ ਮੈਕਿੰਟੋਸ਼ ਐਪਲ ਪਿੰਕ ਲੇਡੀ ਪਿੰਕ ਰੰਗ ਤਾਂ ਹੈ ਨਹੀਂ ਕਿਸੇ ਪਾਸੇ ਨਾਮ ਪਿੰਕ ਲੇਡੀ ਰੱਖਿਆ ਲੈ ਲਿਆ ਐਪਲ ਤੁਹਾਨੂੰ ਨਾ ਹੁਣ ਅਸੀਂ ਬਹੁਤ ਵਧੀਆ ਆਈਟਮ ਦਿਖਾਉਣ ਜਾ ਰਹੇ ਹਾਂ ਜਿਹੜੇ ਗੋਰੇ ਚਿੰਨੇ ਬਹੁਤ ਖਾਣਾ ਪਸੰਦ ਕਰਦੇ ਆ ਆਪਣੇ ਤਾਂ ਨਹੀਂ ਖਾਂਦੇ ਵੈਸੇ ਆਹ ਦੇਖੋ ਕੇਕੜੇ ਜਿਉਂਦੇ ਕੇਕੜੇ ਇਹ ਗੋਰੇ ਘਰ ਲਿਜਾ ਕੇ ਨਾ ਜਿਉਂਦਿਆਂ ਨੂੰ ਉਬਾਲਦੇ ਆ ਫਿਰ ਖਾਂਦੇ ਆ ਆਹ ਮੇਰੇ ਪਿੱਛੇ ਸਾਰਾ ਸਮਾਨ ਨਾ ਇਹਨਾਂ ਨੇ ਡੱਬਿਆਂ 'ਚ ਬੰਦ ਕਰਕੇ ਰੱਖਿਆ ਕਰੋਨਾ ਕਰਕੇ ਵੀ ਕੋਈ ਹੱਥ ਨਾ ਲਾਵੇ ਵੀ ਸਾਰੀ ਚੀਜ਼ ਇਨਫੈਕਟਡ ਨਾ ਹੋਵੇ ਤੋ ਆਹ ਮੇਰੇ ਪਿੱਛੇ ਤੁਸੀਂ ਦੇਖ ਰਹੇ ਸਾਰੀਆਂ ਬ੍ਰੈਡਾਂ ਦਾ ਡਿਪਾਰਟਮੈਂਟ ਆ ਪਿੱਛੇ ਕੇਕ ਕੁਕ ਬਣਦੇ ਆ ਪਿੱਛੇ ਬੇਕਰੀ ਲਿਖਿਆ ਕਿੰਨੀਆਂ ਲਈਆਂ ਨੇ ਆਪਾਂ ਦੋ ਬ੍ਰੈਡਾਂ ਲਈਆਂ ਓਕੇ ਹੈਗੀ ਹਾਲੇ ਕਿ ਗਾਰਲਿਕ ਬ੍ਰੈਡ ਤਾਂ ਉਹ ਖਾਵਾਂਗੇ ਜਿਹ 'ਚ ਮੈਦਾ ਨਾ ਹੋਇਆ ਅਤੇ ਸ਼ੂਗਰ ਘੱਟ ਹੋਈ ਸ਼ੂਗਰ ਦੇਖ ਕਿੰਨੀਆਂ 'ਚ 1 ਗ੍ਰਾਮ ਕਿੰਨੇ ਪੀਸ 'ਚ ਸੋ ਇੱਕ ਪੀਸ ਦੇ ਵਿੱਚ 1 ਗ੍ਰਾਮ ਆ ਮਿੱਠਾ ਤਾਂ ਨਹੀਂ ਖਾਣਾ ਕੇਕ 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 ਡਿੱਬੇ ਮੈਂ ਡਿੱਬਾ ਡਿੱਬੇ ਮੈਂ ਕੇਕ ਸੋ ਨਾਓ ਐਕਚੁਲੀ ਵੀ ਆਰ ਲੁਕਿੰਗ ਫਾਰ ਲੈਸ ਕੈਲੋਰੀ ਐਂਡ ਲੈਸ ਸ਼ੂਗਰ ਜੂਸ ਇਟਸ ਰੀਲੀ ਹਾਰਡ ਟੂ ਫਾਈਨ ਇਨ ਕੈਨੇਡਾ ਬਿਕੋਜ਼ ਐਵਰੀਥਿੰਗ ਇਜ਼ ਕੰਟੇਨਡ ਸ਼ੂਗਰ ਐਕਚੁਲੀ ਨਾਟ ਜਸਟ ਸ਼ੂਗਰ ਅ ਲੋਟ ਆਫ ਸ਼ੂਗਰ ਐਂਡ ਅਦਰ chemicals that we don't need in our body yeah sure dekhe da ki ya oh teri 5 gram sugar hai no never mind put it back so aa hai gaya whey proteins gym wale waste only gym guys knows about it ਬੇਬੀ ਸ਼ੂਗਰ ਸਾਰਿਆਂ 'ਚ ਹੀ ਆ ਸੋ ਆਪਾਂ ਪਰਲੀ ਸ਼ੈਲਫ ਦੇਖਦੇ ਹਾਂ ਆਹ ਦੇਖੋ ਚਿਪਸਾਂ ਦੇ ਲਾਲਚੀ ਚਿਪਸ ਲੱਭਣ ਲੱਗੇ ਆ
ਵੈਰਾਈਟੀ ਆਫ ਚਿਪਸ ਹੇਅਰ ਕਿਉਂ ਲੱਭਿਆ ਲੱਭਿਆ ਚਿਪਸ ਕਹਿੰਦੇ ਦੇਖਣ ਨੂੰ ਸੋਹਣੇ ਵੀ ਚਾਹੀਦੇ ਆ ਜੇ ਸੋਹਣੇ ਹੋਣਗੇ ਤਾਂ ਹੀ ਸਵਾਦ ਹੋਣਗੇ ਕਿੰਨਾ ਸ਼ੂਗਰ ਹੈ ਸ਼ੂਗਰ 1 ਗ੍ਰਾਮ ਹੈ ਕਿੰਨੇ 16 ਉਹਦੇ ਵਿੱਚ ਚਿਪਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੈ ਜ਼ਿਆਦਾ ਉਹ ਵੇਖੋ ਤੂੰ ਆਰਗੈਨਿਕ ਦੇਖ ਜਿਵੇਂ ਆਹ ਯੈਲੋ ਕੋਨ ਆਰਗੈਨਿਕ ਹੈ ਇਹ ਦੇਖਿਆ ਨਾ ਆਰਗੈਨਿਕ ਹੈ ਇਹ ਚ ਵੀ 1 ਗ੍ਰਾਮ ਹੈ ਬਾਈ ਚਿਪਸਾਂ ਚ ਕਿੰਨੇ ਚ ਪੂਰੇ ਬੈਗ ਚ ਕਿਤੇ ਬਾਈ ਚਿਪਸ ਸੋ 50 ਗ੍ਰਾਮ ਹੈ ਤੇ ਬੈਗ ਹੈਗਾ ਇਹ ਕਿੰਨੇ ਗ੍ਰਾਮ ਦਾ ਬੈਗ 220 ਗ੍ਰਾਮ ਦਾ ਸੋ ਬੇਸਿਕਲੀ ਇਹਦੇ ਵਿੱਚ ਬਹੁਤ ਜ਼ਿਆਦਾ ਉਹ ਸ਼ੂਗਰ ਰਹਿੰਦੇ ਰੱਖਦੇ ਕਿਤੇ ਚੱਕਿਆ ਸਿਰਫ ਹੈ ਰੱਖੋ ਵਾਪਸ ਰੱਖੋ ਰੱਖੋ ਹੈ ਮੇਰੇ ਟਾਈਪ ਦਾ ਮਿਲ ਨਹੀਂ ਰਿਹਾ ਵਿਦਆਊਟ ਸ਼ੂਗਰ ਵਿਦਆਊਟ ਸ਼ੂਗਰ ਹੁਣ ਹੈ ਹੈ ਜਤਿੰਦਰ ਖਾਣੀ ਵੀ ਉਹੀ ਹੈ ਨਾ ਜਿਹਦਾ ਟੇਸਟ ਹੋਵੇ ਹੈ ਨਾ ਆਹ ਦੇਖੋ ਕਹਿੰਦੇ ਮੈਂ ਇਹਨੂੰ ਪੁੱਛਿਆ ਮੈਂ ਵੀ ਟੇਸਟ ਜ਼ਰੂਰੀ ਨਹੀਂ ਹੈਗਾ ਦਵਾਈਆਂ ਜਦੋਂ ਖਾਂਦੇ ਹਾਂ ਠੀਕ ਹੋਣ ਲਈ ਉਹ ਵੀ ਤਾਂ ਕੌੜੀਆਂ ਹੁੰਦੀਆਂ ਨੇ ਪਰ ਸਿਹਤ ਲਈ ਚੰਗੀਆਂ ਹੁੰਦੀਆਂ ਸ਼ੂਗਰ ਹੈਗੀ ਆ 1 ਗ੍ਰਾਮ 58 ਪਫਸ ਦੇ ਵਿੱਚ ਓਕੇ 50 ਸੋਹਣੇ ਜਿਹੇ ਲੱਗਦੇ ਨੇ ਵਧੀਆ ਨਹੀਂ ਹੁੰਦੇ ਆਹ ਦੇਖੋ ਫਿਰ ਸੋਹਣਿਆਂ ਦੀ ਗੱਲ ਆ ਗਈ ਅੰਦਰ ਜਾ ਕੇ ਤਾਂ ਸਾਰਾ ਗਦਾਵਾ ਹੀ ਬਣਨਾ ਪਤਾ ਮੈਨੂੰ ਕੀ ਕਹਿੰਦੀ ਕਹਿੰਦੀ ਮੈਂ ਨਾ ਚਿਪਸ ਘੱਟ ਖਾਇਆ ਕਰੂੰਗੀ ਆਪਾਂ ਲੈ ਲੈਂਦੇ ਹਾਂ ਜਿਹੜੇ ਮਿਲਦੇ ਚੱਕ ਲੈਂਦੇ ਹਾਂ ਮੈਂ ਕਿਹਾ ਇੱਕ ਵਾਰ ਜੇ ਮੂੰਹ ਨੂੰ ਲੱਗ ਕੇ ਫਿਰ ਛੱਡਦਾ ਕੌਣ ਹੁੰਦਾ ਜਿੰਨਾ ਚਿਰ ਪੈਕਟ ਖਤਮ ਨਹੀਂ ਹੁੰਦਾ ਉਹਨਾਂ ਚਿਰ ਰੱਖਦੇ ਨਹੀਂ ਆਪਾਂ ਮੇਰੇ 'ਚ ਸਬਰ ਹੈਗਾ ਅੱਛਾ ਅੱਛਾ ਠੀਕ ਹੈ ਦੇਖੀ ਜਾਂਦੀ ਹੈ ਸਬਰ ਹੈਗਾ ਮੇਰੇ 'ਚ ਸਬਰ ਹੈਗਾ ਇੱਧਰ ਕੈਮਰੇ ਵੱਲ ਵੇਖੀ ਨਹੀਂ ਮੇਰੇ 'ਚ ਸਬਰ ਹੈਗਾ ਸਬਰ ਹੈਗਾ ਕਹਿੰਦੀ ਮੇਰੇ 'ਚ ਮਨਪ੍ਰੀਤ ਕਾਫੀ ਦੇਖਣ ਲੱਗੇ ਹੋਏ ਨੇ ਕਿਵੇਂ ਲੱਗੀ ਸੈੱਟ ਹੈ ਟੋਪੀ ਹਾਂ ਬਹੁਤ ਸੋਹਣੀ ਹੈ ਹਾਂ ਪਾ ਕੇ ਦਿਖਾ ਸਹੀ ਹੈ ਨਾ ਕਲਰ ਹਾਂ ਰੰਗ ਵੀ ਵਧੀਆ ਲਾਈਟ ਪਿੰਕ ਵੀ ਹੈ ਪਰ ਉਹ ਫਿਰ ਕਿਸੇ ਕਿਸੇ ਨਾਲ ਚੱਲੂਗਾ ਨਹੀਂ ਆ ਸਹੀ ਹੈ ਮਲਟੀਪਲ ਜਾਇਆ ਚਲੋ ਮੈਂ ਲੈ ਕੇ ਚਲੂਗੀ ਆਗੇ ਚਲੀ ਜਾਂਦੀ ਹਾਂ ਚਲੋ ਓਕੇ ਫਿਰ ਚਲੋ ਚਲਾ ਲੈ ਫੜਨ ਬਣਾ ਕ੍ਰਿਸਮਸ ਆਣੇ ਵਾਲਾ ਦੇਖੋ ਕ੍ਰਿਸਮਸ ਦਾ ਸਮਾਨ ਡੈਕੋਰੇਸ਼ਨ ਦਾ ਵਾਓ ਸੋ ਨਾਈਸ ਹੁਣ ਆਪਾਂ ਇੱਕ ਇਹੋ ਜਿਹੇ ਡਿਪਾਰਟਮੈਂਟ ਜਾ ਰਹੇ ਅੰਦਰ ਜਾਣਾ ਸੌਖਾ ਜਿੱਥੋਂ ਲੇਡੀਜ਼ ਨਿਕਲਦੀਆਂ ਨੇ ਨਿਕਲਣਾ ਔਖਾ ਸਹੀ ਗੱਲ ਹੈ ਇਹ ਡੇਂਜਰ ਜ਼ੋਨ ਖਤਰਨਾਕ ਏਰੀਆ ਇੱਥੇ ਬੰਦੇ ਨੂੰ ਹਮੇਸ਼ਾ ਦੂਰ ਰਹਿਣਾ ਚਾਹੀਦਾ ਤੇ ਜਨਾਨੀਆਂ ਨੂੰ ਜਾਣ ਵੀ ਨਹੀਂ ਦਿੰਦੇ ਲੋਟਸ ਆਫ ਮੇਕਅਪ ਚੱਲ ਦੇਖ ਕੇ ਲੈਣਾ ਮੈਂ ਬੋਡੀ ਵਾਸ਼ ਲੈਣਾ ਸੀਗਾ ਆਈ ਥਿੰਕ ਵਿਟਾਮਿਨ ਈ ਮਾਸਕ ਤਾਂ ਨਾ ਬਣ
ਆਪਾਂ ਆਈ ਡੋਨਟ ਨੋ ਯਾਦ ਨਹੀਂ ਇਹ ਰੰਗ ਕਹੇ ਚਿੱਟਾ ਹੈ ਸੀਗਾ ਉਹ ਸੀਗਾ ਆਵਲਾ ਸੀਗਾ ਮੈਨੂੰ ਯਾਦ ਹੈ ਆਵਲਾ ਫਿਰ ਕੀਤਾ ਅੱਛਾ ਆ ਵੀ ਬਹੁਤ ਵਧੀਆ ਸਹੀ ਨਹੀਂ ਵਧੀਆ ਜੀ ਕਹਤਾ ਖਾ ਜਾ ਲੈ ਖਾ ਜਾ ਖਾ ਜਾ ਬ੍ਰੈਡ ਤੇ ਲਾ ਕੇ ਖਾ ਜਾ ਓਕੇ ਚਿਲਰ ਚਿਲਰ ਖੜ ਕੇ ਜਿੱਬਾਂ ਚ ਇਹ ਉਹੀ ਚਿਲਰ ਜੇ 90 ਫੀਟ ਜੇਬ ਚੋਂ ਅੱਛਾ ਚਲੋ ਚਲੀਏ ਸ਼ਾਪਿੰਗ ਹੋ ਗਈ ਡਨ ਯਾ Let's go. बाहर हो गई है ठंड बारिश तो बंद है कितने खड़ाई आप गड्डी बहुत दूर खड़ाई मौसम काफी ठंडा हो चुका है हेल्प चाहिए कुछ ज्यादा ही है क्या नहीं हो ठंड काफी होगी हफ्ते का सामान आ गया साडा ठीक है या हफ्ते इतना सामान हफ्ते लिए आंदा लो जी हूँ असी ग्रोसरी करके वापस चले घर आ गए भी कार्ट खड़ा के चलो चलिए चलो कोई गल नहीं दिमाग दिमाग नहीं है अच्छा चलो चलिए हाँ हीटेड सीट ऑन है इतनी ठंड लगती है या ठंड हैगी या काफी ज्यादा है हां हो गया रात नु ना या हैगी है वैसे मी पैक के हो गया ना अपा हुन जाना है मुचो ब्रुटो मुचो ब्रुटो इथे नेड़े है कि अपने घर वाल जाना आ जिधर ठीक लगदा भूख नहीं लगी है भूख हैगी भी हैगी है ਪਾਇਆ ਚ ਹੁਣ ਮੋਚੋ ਬਰੂਟੋ ਸਲਾਹ ਚੇਂਜ ਹੋ ਗਈ ਸਾਡੀ ਹੋਰ ਕੀ ਆ ਮੌਕੇ ਦੇ ਡਿਸਪਲੇ ਲੈਣਾ ਪਿਆ ਹੋਰ ਕੀ ਆ ਚਲੋ ਬਾਉਲ ਮੋਚੋ ਬਰੂਟੋ ਵੈਜੀ ਬਾਉਲ